ਹੈਲੋ ਐਵਰੀਵਨ, ਵੈਲਕਮ ਟੂ ਦ ਟੈਡ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ। ਤਾਂ ਬਹੁਤ ਸਾਰੇ ਸਟੂਡੈਂਟਸ ਮੈਨੂੰ ਇਹ ਕਹਿੰਦੇ ਆ ਕਿ ਮੈਮ ਸਾਨੂੰ ਨੈਸ਼ਨਲ ਪਾਰਕ ਲਰਨ ਵਿੱਚ ਲਰਨ ਕਰਨ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਕਿਹੜਾ ਨੈਸ਼ਨਲ ਪਾਰਕ ਕਿੱਥੇ ਹੈ, ਤਾਂ ਕਿਹੜੀ ਸਟੇਟ 'ਚ ਕਿਹੜਾ ਨੈਸ਼ਨਲ ਪਾਰਕ ਪਾਇਆ ਜਾਂਦਾ, ਇਹਦੇ 'ਚ ਬੜੀ ਕਨਫਿਊਜ਼ਨ ਰਹਿੰਦੀ ਹੈ। ਤਾਂ ਅੱਜ ਮੈਂ ਦੋ ਸਟੇਟਸ ਬਾਰੇ ਗੱਲ ਕਰਾਂਗੀ, ਤਾਂ ਉਹ ਹੋਣਗੀਆਂ ਜੀ ਅੱਜ ਪਹਿਲੀ ਹੈ ਜੀ ਉੱਤਰਾਖੰਡ ਬਾਰੇ। ਤਾਂ ਉੱਤਰਾਖੰਡ ਨੂੰ ਲੈ ਕੇ ਮੈਂ ਇੱਕ ਟ੍ਰਿਕ ਬਣਾਈ ਹੈ ਜਿਹਦੇ ਵਿੱਚ ਕੀ ਹੈ ਜੀ, ਰਾਜਾ ਗੋਵਿੰਦ ਨੇ ਗੰਗਾ ਕਿਨਾਰੇ ਨੰਦਾ ਦੇਵੀ ਕੋ ਜਿਵੇਂ ਫਲਾਰ ਦੀ। ਦੇਖੋ ਟ੍ਰਿਕ ਬੜੇ ਧਿਆਨ ਨਾਲ, ਰਾਜਾ ਗੋਵਿੰਦ ਨੇ ਗੰਗਾ ਕਿਨਾਰੇ ਨੰਦਾ ਦੇਵੀ ਕੋ ਜਿਵੇਂ ਫਲਾਰ ਦੀਆ। ਤਾਂ ਰਾਜਾ ਤੋਂ ਕੀ ਹੈ ਜੀ, ਰਾਜਾ ਜੀ ਨੈਸ਼ਨਲ ਪਾਰਕ। ਗੋਵਿੰਦ ਦਾ ਕੀ ਹੈ ਜੀ, ਗੋਵਿੰਦ ਨੈਸ਼ਨਲ ਪਾਰਕ। ਗੰਗਾ ਤੋਂ ਕੀ ਹੈ ਜੀ, ਗੰਗੋਤਰੀ ਨੈਸ਼ਨਲ ਪਾਰਕ। ਨੰਦਾ ਦੇਵੀ ਤੋਂ ਕੀ ਹੈ ਜੀ, ਨੰਦਾ ਦੇਵੀ ਨੈਸ਼ਨਲ ਪਾਰਕ। ਔਰ ਜਿਮ ਤੋਂ ਜਿਮ ਕਾਰਬੇਟ ਨੈਸ਼ਨਲ ਪਾਰਕ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ। ਔਰ ਫਲਾਰਸ ਤੋਂ ਅਗਰ ਗੱਲ ਕਰੀਏ ਤਾਂ ਵੈਲੀ ਆਫ ਫਲਾਰਸ। ਤਾਂ ਇਹ ਟ੍ਰਿਕ ਨਾਲ ਬਹੁਤ ਆਸਾਨੀ ਨਾਲ ਯਾਦ ਹੋ ਜਾਏਗਾ ਕਿ ਉੱਤਰਾਖੰਡ ਦੇ ਅੰਦਰ ਕਿਹੜੇ ਕਿਹੜੇ ਨੈਸ਼ਨਲ ਪਾਰਕ ਪਾਏ ਜਾਂਦੇ ਆ। ਤਾਂ ਪਹਿਲਾ ਹੈ ਜੀ ਰਾਜਾ, ਰਾਜਾ ਜੀ ਗੋਵਿੰਦ, ਗੰਗੋਤਰੀ, ਨੰਦਾ, ਜਿਮ ਕਾਰਬੇਟ, ਵੈਲੀ ਆਫ ਫਲਾਰਸ। ਤਾਂ ਇੱਦਾਂ ਤੁਸੀਂ ਇੱਕ ਉੱਤਰਾਖੰਡ ਦੇ ਵਿੱਚ ਯਾਦ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਨੈਸ਼ਨਲ ਪਾਰਕਸ ਪਾਏ ਜਾਂਦੇ ਆ। ਦੂਸਰਾ ਪੁਆਇੰਟ ਹੈ ਜੀ ਆਪਣਾ ਵੈਸਟ ਬੰਗਾਲ ਦੇ ਅੰਦਰ ਕਿਹੜੇ ਕਿਹੜੇ ਨੈਸ਼ਨਲ ਪਾਰਕਸ ਪਾਏ ਜਾਂਦੇ ਹੈ, ਇਹਨਾਂ ਬਾਰੇ ਅਗਰ ਆਪਾਂ ਗੱਲ ਕਰੀਏ। ਪਹਿਲਾਂ ਦੇਖੋ ਜੀ ਟ੍ਰਿਕ ਕੀ ਹੈ, ਸੁੰਦਰ ਗੁਰੂ ਮਾਂ ਨੇ ਸਿੰਗਲ ਬੋਕਸ ਮੇ ਜਲ ਬੰਗਾਲ ਕੋ ਦੀਆ। ਧਿਆਨ ਨਾਲ ਦੇਖਣਾ, ਸੁੰਦਰ ਗੁਰੂ ਮਾਂ ਨੇ ਸਿੰਗਲ ਬੋਕਸ ਮੇ, ਠੀਕ ਹੈ, ਸੁੰਦਰ ਗੁਰੂ ਮਾਂ ਹੈ, ਉਹਨਾਂ ਨੇ ਕੀ ਹੈ ਜੀ ਸਿੰਗਲ ਬੋਕਸ ਦੇ ਵਿੱਚ, ਸਿੰਗਲ ਬੋਕਸ ਦੇ ਵਿੱਚ ਜਲ ਕਿਹਨੂੰ ਦਿੱਤਾ, ਪਾਣੀ ਕਿਹਨੂੰ ਦਿੱਤਾ, ਬੰਗਾਲ ਨੂੰ ਦਿੱਤਾ। ਠੀਕ ਹੈ ਨਾ, ਸੁੰਦਰ ਤੋਂ ਸੁੰਦਰ ਲਾ ਸੁੰਦਰਬਨ ਨੈਸ਼ਨਲ ਪਾਰਕ, ਗੁਰੂ ਮਾਂ ਤੋਂ ਗੋਰੂ ਮਾਰਾ ਨੈਸ਼ਨਲ ਪਾਰਕ, ਐਨੀ ਤੋਂ ਨਿਰੋਰਾ ਵੈਲੀ ਨੈਸ਼ਨਲ ਪਾਰਕ, ਸਿੰਗਲ ਤੋਂ ਸਿੰਗੈਲੀਆ ਨੈਸ਼ਨਲ ਪਾਰਕ, ਬੋਕਸ ਤੋਂ ਬਕਸਰ ਨੈਸ਼ਨਲ ਪਾਰਕ, ਜਲ ਤੋਂ ਜਲਦਾਪਰਾ ਨੈਸ਼ਨਲ ਪਾਰਕ, ਔਰ ਬੰਗਾਲ ਤੋਂ ਵੈਸਟ ਬੰਗਾਲ। ਤਾਂ ਤੁਸੀਂ ਇਸ ਤਰੀਕੇ ਨਾਲ ਨੈਸ਼ਨਲ ਪਾਰਕਸ ਨੂੰ ਯਾਦ ਰੱਖ ਸਕਦੇ ਹੋ। ਇੱਦਾਂ ਹੀ ਮੈਂ ਤੁਹਾਡੇ ਲਈ ਹੋਰ ਨੈਸ਼ਨਲ ਪਾਰਕਸ ਨੂੰ ਲਰਨ ਕਰਨ ਦੀ ਟ੍ਰਿਕ ਲੈ ਕੇ ਆਉਂਦੀ ਰਹਾਂਗੀ। ਤਾਂ ਉਮੀਦ ਕਰਦੀ ਹਾਂ ਇੱਦਾਂ ਦੇ ਜਿਹੜੇ ਸੈਸ਼ਨਸ ਆ ਤੁਹਾਨੂੰ ਪਸੰਦ ਆ ਰਹੇ ਹੋਣਗੇ। ਅੱਜ ਆਪਾਂ ਯਾਦ ਕੀਤੇ ਉੱਤਰਾਖੰਡ ਤੇ ਵੈਸਟ ਬੰਗਾਲ ਦੇ ਨੈਸ਼ਨਲ ਪਾਰਕ। ਉਮੀਦ ਕਰਦੀ ਹਾਂ ਅੱਜ ਦਾ ਸੈਸ਼ਨ ਸਭ ਨੂੰ ਵਧੀਆ ਲੱਗਿਆ ਹੋਏਗਾ। ਔਰ ਅਗਰ ਨਹੀਂ ਕੋਈ ਕਮੀ ਕੋਈ ਪੇਸ਼ੀ ਰਹੀ ਤਾਂ ਵੀ ਜ਼ਰੂਰ ਦੱਸਣਾ, ਔਰ ਆਪਣਾ ਫੀਡਬੈਕ ਜ਼ਰੂਰ ਦੇ ਕੇ ਜਾਣਾ ਕਿ ਸਾਨੂੰ ਇੱਦਾਂ ਦੀ ਟ੍ਰਿਕ ਕਿੱਦਾਂ ਦੀ ਲੱਗੀ, ਔਰ ਮੈਂ ਹੋਰ ਇੱਦਾਂ ਦੀ ਟ੍ਰਿਕਸ ਲੈ ਕੇ ਆਵਾਂ ਜਾਂ ਨਾ ਲੈ ਕੇ ਆਵਾਂ। ਥੈਂਕ ਯੂ, ਬਾਏ, ਟੇਕ ਕੇਅਰ।